ਦੋਸਤੋ, ਜੇਕਰ ਕਿਸੇ ਰਿਸ਼ਤੇ ਦੇ ਵਿੱਚ ਲੜਾਈ ਨਹੀਂ ਨਾ ਹੋ ਰਹੀ ਤਾਂ ਇਹ ਚੀਜ਼ ਸਮਝ ਲਓ ਕਿ ਉਹ ਰਿਸ਼ਤਾ ਦਿਲ ਤੋਂ ਨਹੀਂ, ਦਿਮਾਗ ਤੋਂ ਨਿਭਾਇਆ ਜਾ ਰਿਹਾ। ਦੋਸਤੋ, ਜੇਕਰ ਤੁਸੀਂ ਚਾਹੁੰਦੇ ਹੋ ਵੀ ਸੋਚਦੇ ਹੋ ਵੀ ਅਸੀਂ ਸਾਰਿਆਂ ਨੂੰ ਖੁਸ਼ ਰੱਖ ਲਾਂਗੇ, ਤਾਂ ਐਵੇਂ ਹੋ ਹੀ ਨਹੀਂ ਸਕਦਾ, ਕਿਉਂਕਿ ਸਾਰਿਆਂ ਨੂੰ ਖੁਸ਼ ਰੱਖਣਾ ਓਨਾ ਹੀ ਔਖਾ ਹੈ ਜਿੰਨਾ ਜੋਂ ਦੇ ਟੱਡੂਆਂ ਨੂੰ ਤੱਕੜੀ 'ਚ ਤੋਲਣਾ। ਜਦੋਂ ਇੱਕ ਨੂੰ ਬਿਠਾਉਣੇ ਤਾਂ ਦੂਜਾ ਛਾਲ ਮਾਰ ਜਾਂਦਾ। ਰਿਸ਼ਤੇ ਨਿਭਾਉਣ ਲਈ ਥੋੜ੍ਹਾ ਜਿਹਾ ਬੇਵਕੂਫ ਬਣਨਾ ਵੀ ਜ਼ਰੂਰੀ ਹੈ, ਕਿਉਂਕਿ ਲੋੜ ਤੋਂ ਚਲਾਕ ਬੰਦਾ ਕਦੇ ਵੀ ਰਿਸ਼ਤੇ ਨਹੀਂ ਨਿਭਾ ਸਕਦਾ। ਦੋਸਤੋ, ਕਈ ਵਾਰੀ ਆਪਾਂ ਕਿਸੇ ਨੂੰ ਕੌੜੀ ਜ਼ਬਾਨ ਨਾਲ ਜੱਜ ਕਰਦੇ ਹੁੰਦੇ ਹਾਂ, ਪਰ ਜਦੋਂ ਆਪਣੇ 'ਤੇ ਕਈ ਵਾਰੀ ਮਾੜਾ ਟਾਈਮ ਆਉਂਦਾ ਤਾਂ ਉਹ ਕੌੜੀ ਜ਼ਬਾਨ ਵਾਲੇ ਆਪਣੇ ਕੰਮ ਆ ਜਾਂਦੇ ਹੈ, ਅਤੇ ਲੇਕਿਨ ਜਿਹੜੇ ਮਿੱਠੇ ਲੋਕ ਹੁੰਦੇ ਆ, ਜਿਹੜਾ ਆਪਾਂ ਚੰਗਾ ਸਮਝਦੇ ਹੁੰਦੇ ਹਾਂ, ਉਹ ਆਪਣੇ ਮਾੜੇ ਟਾਈਮ ਦੇ ਵਿੱਚ ਪਾਸਾ ਵੱਟ ਜਾਂਦੇ ਆ। ਦੋਸਤੋ, ਜੇਕਰ ਤੁਸੀਂ ਚਾਹੁੰਦੇ ਹੋ ਵੀ ਮੈਂ ਖੁਸ਼ ਰਹਾਂ ਤਾਂ ਤੁਸੀਂ ਆਪਦੇ ਆਪ ਨੂੰ ਖੁਦ ਖੁਸ਼ ਰੱਖੋ, ਕਿਉਂਕਿ ਤੁਸੀਂ ਇਹ ਨਾ ਸੋਚੋ ਵੀ ਆਹ ਫਲਾਨਾ ਬੰਦਾ ਮੈਨੂੰ ਖੁਸ਼ ਰੱਖੂਗਾ, ਕਿਉਂਕਿ ਜਦੋਂ ਹੀ ਇਨਸਾਨ ਤੁਹਾਡੀ ਜ਼ਿੰਦਗੀ 'ਚੋਂ ਜਾਊਗਾ ਤਾਂ ਤੁਸੀਂ ਇਕੱਲੇ ਰਹਿ ਜਾਓਗੇ। ਦੋਸਤੋ, ਜੇਕਰ ਕੋਈ ਆਪਣਾ ਭਰੋਸਾ ਤੋੜਦਾ ਤਾਂ ਉਹਦਾ ਵੀ ਧੰਨਵਾਦ ਕਰਨਾ ਚਾਹੀਦਾ, ਕਿਉਂਕਿ ਉਹੀ ਆਪਾਂ ਨੂੰ ਸਿਖਾਉਂਦਾ ਹੈ ਕਿ ਭਰੋਸਾ ਹਮੇਸ਼ਾ ਸੋਚ ਸਮਝ ਕੇ ਕਰਨਾ ਚਾਹੀਦਾ।